ਬਿੱਲੋ ਬਦਮਾਸ਼ ਆਇਆ ਚੌਂਕ ਦੇ ਵਿੱਚ। ਬਿੱਲੋ ਬਦਮਾਸ਼? ਆਹ ਤੂੰ ਬਦਮਾਸ਼ ਹੀ? ਆਹੋ ਮੇਰਾ ਦਿਲ ਕਰਦਾ ਮੈਂ ਵੀ ਬਦਮਾਸ਼ ਹੋਵਾਂ ਤੇ ਐ ਡਾਕੇ ਮਾਰਾਂ। ਤੂੰ ਬੱਚੇ ਦੇ ਡਾਕੇ ਮਾਰ ਦੇ ਪੈ ਤੇ ਬਦਮਾਸ਼ ਬਣਾ ਜਾਂਦੀ। ਹਾਂ ਕੀ ਬਦਮਾਸ਼ ਬਣਾ, ਚੋਰੀਆਂ ਕਰਾਂ, ਇੱਜ਼ਤ ਬਹੁਤ ਬਹੁਤ ਇੱਜ਼ਤ ਇੱਜ਼ਤ ਰਹਿ। ਬਦਮਾਸ਼ ਬਣਨਾ ਚਾਹੁੰਦੀ? ਹਾਂ। ਤੂੰ ਬਦਮਾਸ਼ ਬਣਾ, ਇੱਕ ਮਿੰਟ ਚ ਬਣ ਜਾਂਦਾ। ਕਿਵੇਂ? ਆ ਵੇ ਉਹ ਸਮਝਦਾ ਉਹ ਜਿਹੜਾ ਲੱਤਾਂ ਦਾ ਸਕੂਟਰ ਹੀ ਪਏ ਆ ਸਮਝ ਉਹ ਦੁਕਾਨ ਹੈ। ਹਾਂ ਇਹ ਬਦਮਾਸ਼ ਆ। ਹਾਂ ਇਹ ਕੀਤਾ। ਹਾਂ ਇਹ ਔਰ ਸਿਆਂ ਜੀ ਪਕੜ ਜਗਾ ਟੈਕਸ ਕੱਢ। ਐ ਨਾ ਕਹਿਣਾ ਤੇ ਅਗਲੇ ਦਰਜ ਬਸ ਐ ਤਨੇ ਸਿਖਾ। ਅੱਲਾ ਬਾਪ ਆਪਣਾ ਦੁਪੱਟਾ ਮੈਨੂੰ ਦੇ ਦੇ, ਮੈਂ ਸਿਰ ਚੋਂ ਨਹੀਂ ਲੈਣਾ। ਚੱਲ ਕਰ ਸੀਨਾ ਮਾਰ ਪੜਨਾ ਤੇਰਾ ਤਾਂ ਬਹੁਤ ਅੱਗੇ ਹੀ ਪਾਗਲ ਬਣ ਕੇ ਸਾਈ ਜੀ ਨਾਲ ਹੀ ਮਸਤ ਹੋ ਜਾਏ ਕੰਮ। ਨਹੀਂ ਤੂੰ ਨਹੀਂ ਬਰਬਾਦ ਮਾਂ ਦੀ ਇਹ ਬੱਚੇ ਤੂੰ ਕਦੇ ਗੌਰ ਵੀ ਨਹੀਂ ਕੀਤਾ ਜੇ
ਸੋਹਣੀ ਮੇਰੇ ਭਰਾਵਾਂ ਦਾ ਮੂੰਹ ਧੋ ਗਿਆ ਜੇ ਖਸਮ ਕ੍ਰਿਸ ਗਿਆ ਕਿ ਅੰਮੀ ਨਾਲ ਨਿਕਲ ਕੇ ਚੀਜ਼ ਖਾ ਲੈਣ ਲੈ ਤੂੰ ਬਾਕੀ ਚੈੱਕ ਨੂੰ ਸੋਹਣੀ ਬਕਵਾਸ ਕਰ ਰਿਹਾ ਤੂੰ ਲੱਤਾਂ ਭੰਨ ਗਿਆ ਕੀ ਤੇ ਭੰਨ ਦੇ ਅੱਗੇ ਬੜਾ ਮੈਂ ਛੱਤਾਂ ਨੂੰ ਵੱਜਣ ਦੇ ਮੱਝ ਵੀ ਨਹੀਂ ਕਰ ਰਿਹਾ ਹੈ ਵਿਆਹ ਹੋਇਆ ਬਕਵਾਸ਼ਾ ਨਹੀਂ ਹੋਇਆ ਇਹ ਖਾਣਾ ਖਰਾਬ ਕਿੰਜ ਹੋਇਆ ਮੇਰਾ ਮਤਲਬ ਤੂੰ ਮੇਰੇ ਦਾ ਵਿਆਹ ਕਰਾ ਲਾ ਮੈਂ ਕਿਹੜਾ ਬਚਣਾ ਓਏ ਇਹਨੂੰ ਕਿਉਂ ਤੋਂ ਟੰਗਿਆ ਹੈ ਫੋਨ ਆ ਗਿਆ ਸੀ ਤਾਂ ਜਾ ਸ਼ਾਦੀ ਹੋਈ ਹੈ ਤੇਰੀ ਨਹੀਂ ਹੋਈ ਬਾਬਾ ਟੰਗੇ ਤਾਂ ਹੋਵੇ ਬਸ ਕਰੋ ਜਾ ਕੇ ਪੁੱਛੇ ਬਤੂ ਮੇਰੀ ਸ਼ਾਦੀ ਨੀ ਹੋਈ ਉਮਰ ਕਿੰਨੀ ਤੁਹਾਡੀ 16 ਸਾਲ ਤੂੰ 4 ਸਾਲ ਵੱਡੀ ਮੇਰੇ ਨਾਲ ਤੁਹਾਡੀ ਛਿਲੇ ਝਾੜੇ ਨੂੰ ਅੱਛਾ ਸ਼ਾਦੀ ਨਹੀਂ ਹੋਈ ਨਹੀਂ ਹੋਈ ਤੇ ਜੇ ਸਿੱਟੇ ਨਾਲ ਸ਼ਾਦੀ ਦਾ ਪ੍ਰੋਗਰਾਮ ਬਣਾਈਏ ਤਾਂ ਫਿਰ ਕੀ ਕੋਈ ਡਿਮਾਂਡ ਹੈ ਤਾਂ ਦੱਸ ਦਿਓ ਹਾਂ ਹੈ ਕੀ ਤੁਸੀਂ ਮੈਨੂੰ ਮੂਵ ਹਾਈ ਕੀ ਦਿਓਗੇ ਫਾਂਸੀ ਉਹ ਦੁਸ਼ਮਣਾਂ ਨੂੰ ਪੈਸੇ ਚਾਹੀਦੇ ਨੇ ਹਾਂ ਚਾਹੀਦੇ ਨੇ ਕਿੰਨੇ ਪੈਸੇ ਮੂਵ ਹਾਈ ਮੈਨੂੰ 10 ਲੱਖ ਰੁਪਏ ਚਾਹੀਦੇ ਹੈ ਮੂਵ ਹਾਈ ਦੇ ਨਾ ਤੂੰ ਮਨ ਸਾਰੀ ਮਰ ਮੂਵ ਹਾਈ ਵੇ ਨਦੀ ਬਣੀ 10 ਲੱਖ ਦੋਰ ਤਾਂ ਤੈਨੂੰ ਗੁਜ਼ਰੇ 4 ਵੈਗਨਾਂ 6 ਰਕਸ਼ੇ 5 ਸਕੂਟਰ 7 ਸਾਈਕਲਾਂ ਨੂੰ ਸਕਦਾ ਹੀ ਕਿਵੇਂ ਅਸੀਂ ਪਠਾਣਾ ਕਿਸ ਤਰ੍ਹਾਂ ਦਾ ਲੈ ਲੈਨੇ ਪੈਸੇ ਘਟਾ ਯਾਰ ਤੇਰੀ ਮਿਹਰਬਾਨੀ ਚੱਲ ਠੀਕ ਹੈ 5 ਲੱਖ ਤੇਰੀ ਮੈਂ 10 ਲੱਖ ਨਾ 5 ਲੱਖ ਰੁਪਇਆ 150 ਦੇਵਾਂਗਾ 150 ਦਿਰਹਮ ਦੁਬਈ ਤੋਂ ਆਇਆ ਨਾ ਅੱਜ ਤੱਕ ਪਾਗਲਾ ਨਹੀਂ ਔੜਾ ਦਾ ਪੈਸੇ ਕਿਤੋਂ ਘਟਾਣ ਦੇ ਆ ਡਰਾਮੇ ਵਾਲੀ ਕੁੜੀਏ ਉਧਾਰ ਚੱਲੇਗਾ ਜੀ ਉਧਾਰ ਵਾਹ ਦੁਬਈ ਤੋਂ ਆਇਆ ਬੰਦਾ ਯਾਰ ਇਹਨਾਂ ਚੀਜ਼ਾਂ ਸਾਰਾ ਕੁਝ ਦੇ ਦੇ ਛੁੜਾ ਦਿੰਦੀਆਂ ਅੱਥੀ ਯਾਰ ਕਰਵਾ ਦਿੰਦੀ ਬੰਦਾ ਕਿਆ ਤੱਪਿਆ ਛੱਡ ਵੀ ਦੇਵੇ ਫੁੱਲ ਤਵੀਫ ਕਰਾ ਦਿੰਦੀ ਰੰਨਾ ਹੋਵਣ ਅਸਲੀ ਨਸਲਦੀਆਂ ਬੁੱਲੇ ਸ਼ਾਹ ਯਾਰ ਬਦਮਾਸ਼ ਔਰਤਾਂ ਨਾ ਵਹੁਟੀ ਦੇ ਨਾਲ ਜਾਂਦੀਆਂ ਲਾੜੇ ਦੇ ਕੰਨ ਚ ਕਹਿੰਦੀਆਂ ਹੁੰਦੀਆਂ ਵਹੁਟੀ ਮੰਨਦੀ ਠੀਕ ਹੈ ਨਹੀਂ ਤੇ ਮੇਰੀ ਮੰਜੀ ਦਰੇਕ ਕਰ ਲਈ